ਸਾਡੇ ਲੋਕਾਂ ਦੀ ਸੋਚ ਕੀ ਹੁੰਦੀ ਆ ਵੋਟ ਪਾਉਣ ਤੋਂ ਪਹਿਲਾਂ, ਕਿ ਬੀਬੀ ਪਰਮਜੀਤ ਕੌਰ ਖਾਲਸਾ ਜੀ ਦੇ ਹਾਰ ਨਾਲ ਖਡੂਰ ਸਾਹਿਬ ਜਿੱਤ ਗਿਆ। ਜਿਹੜੇ ਅਗਲੀ ਪੀੜ੍ਹੀ ਦੀ ਸੰਘਰਸ਼ ਆ ਰਿਹਾ, ਅਗਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਸੰਘਰਸ਼ ਆ ਰਿਹਾ, ਉਹ ਵੀ ਉਮੀਦਵਾਰ ਕਿਰਦਾਰ ਇਹੋ ਜਿਹੇ ਚੰਗੇ ਕਿਰਦਾਰ ਆ ਰਿਹਾ, ਬੜਾ ਵੱਡਾ ਕੁਸ਼ਚਨ ਮਾਰਕ ਹੈ ਸਾਡੇ ਲੋਕਾਂ ਦਾ। GST ਕਰਕੇ ਛੋਟੇ ਕਾਰੋਬਾਰ ਬੰਦ ਹੋ ਗਏ। ਸਤਿ ਸ਼੍ਰੀ ਅਕਾਲ ਦੋਸਤੋ, ਪਹਿਲੇ ਤਾਂ ਸਾਰੇ ਉਮੀਦਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਇਲੈਕਸ਼ਨ ਜਿੱਤੀ ਆ, ਅਤੇ ਜਿਨ੍ਹਾਂ ਨੇ ਸੰਘਰਸ਼ ਕੀਤਾ, ਜਿਨ੍ਹਾਂ ਨੇ ਲੜਾਈ ਲੜੀ ਆ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਕਿਉਂਕਿ ਮੇਰੇ ਹਿਸਾਬ ਨਾਲ ਜਿੱਤ ਉਹ ਨਹੀਂ ਹੁੰਦੀ ਜਿਹੜੀ ਜਿੱਤੀ ਜਾਵੇ, ਜਿੱਤ ਉਹ ਹੁੰਦੀ ਆ ਜਦੋਂ ਲੜਾਈ ਦੇ ਵਿੱਚ ਮੈਦਾਨ ਦੇ ਵਿੱਚ ਪੈਰ ਰੱਖਿਆ ਜਾਵੇ। ਪਹਿਲੇ ਤਾਂ ਮੈਂ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਜੇ ਲੋਕਾਂ ਨੂੰ ਲੱਗਦਾ ਕਿ ਸਾਡੀ ਆਵਾਜ਼ ਜਿੱਤੀ ਆ ਸਾਡੇ ਹਲਕੇ 'ਚ, ਜੇ ਤੁਹਾਨੂੰ ਲੱਗਦਾ ਕਿ ਲੋਕਤੰਤਰ ਜਿੱਤੇ ਆ, ਰਾਜਤੰਤਰ ਹਾਰਿਆ, ਫਿਰ ਵੀ ਉਸ ਚੀਜ਼ ਲਈ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਜ ਕੁਛ ਵਿਸ਼ੇ ਨੇ ਕੁਛ ਉਮੀਦਵਾਰਾਂ ਨੂੰ ਲੈ ਕੇ, ਉਹ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਕੁਛ ਗੱਲਾਂ ਰੱਖਣਾ ਚਾਹੁੰਦਾ ਅਤੇ ਪੁੱਛਣਾ ਚਾਹੁੰਦਾ ਕਿ ਕਿੱਥੇ ਕਮੀ ਰਹਿ ਗਈ ਜਿਹਦੇ ਕਰਕੇ ਚੰਗੇ ਉਮੀਦਵਾਰ ਵੀ ਐਤਕੀ ਜਿੱਤ ਨਹੀਂ ਪਾਏ। ਪਹਿਲੀ ਉਦਾਹਰਣ ਮੈਂ ਲੈਣਾ ਚਾਹੁੰਦਾ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ, ਜਿਨ੍ਹਾਂ ਨੇ ਸਾਰੀ ਉਮਰ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਰਹੇ, ਸੰਘਰਸ਼ ਕਰਦੇ ਰਹੇ। ਉਹਨਾਂ ਦੇ ਪਤੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਲੜਦੇ ਸ਼ਹੀਦ ਹੋ ਗਏ। PDA ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਸੀ, ਚਲੋ ਉੱਥੋਂ ਉਹਨਾਂ ਨੂੰ ਬਹੁਤ ਭਾਰੀ ਬਹੁਮਤ ਮਿਲੀ, ਵੋਟਾਂ ਚੰਗੀਆਂ ਮਿਲੀਆਂ, 2 ਲੱਖ+ ਵੋਟਾਂ ਮਿਲੀਆਂ, ਪਰ ਉਹ ਜਿੱਤ ਨਹੀਂ ਪਾਏ। ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੇ ਹਾਰ ਨਾਲ ਖਡੂਰ ਸਾਹਿਬ ਜਿੱਤ ਗਿਆ, ਪੰਥ ਜਿੱਤ ਗਿਆ, ਜਿਹੜੀ ਸਾਰੀ ਉਮਰ ਸੰਘਰਸ਼ ਕਰਦੇ ਰਹੇ, ਲੋਕਾਂ ਦੇ ਹਿੱਤ ਲਈ ਲੜਦੇ ਰਹੇ, ਲੋਕਾਂ ਦੇ ਰਾਈਟਸ ਲਈ ਲੜਦੇ ਰਹੇ। ਇਹ ਮੇਰਾ ਬਹੁਤ ਵੱਡਾ ਮੇਰੇ ਮਨ 'ਚ ਸਵਾਲ ਸੀ, ਮੈਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਸਵਾਲ ਜ਼ਰੂਰ ਪੁੱਛਾਂ ਕਿ ਸਾਡੇ ਲੋਕਾਂ ਦੀ ਸੋਚ ਕੀ ਹੁੰਦੀ ਆ ਵੋਟ ਪਾਉਣ ਤੋਂ ਪਹਿਲਾਂ, ਕਿ ਇੱਕ ਜਿਹੜਾ ਮਨੁੱਖ ਆ ਉਹਦਾ ਕਿਰਦਾਰ ਮੈਟਰ ਨਹੀਂ ਕਰਦਾ, ਉਹਦਾ ਸੋਸਾਇਟੀ ਨੂੰ ਸਮਾਜ ਨੂੰ ਕੀ ਯੋਗਦਾਨ ਆ ਉਹ ਮੈਟਰ ਨਹੀਂ ਕਰਦਾ। ਦੂਜੀ ਗੱਲ ਮੈਂ ਕਰਨਾ ਚਾਹੁੰਦਾ ਡਾਕਟਰ ਧਰਮਵੀਰ ਗਾਂਧੀ ਜੀ ਪਟਿਆਲੇ ਤੋਂ, ਇੱਕ ਫਕੀਰ ਇਨਸਾਨ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਲਈ ਬੜੀਆਂ ਪੋਲਿਸੀਜ਼ ਲਿਆਂਦੀਆਂ, ਕਿਸਾਨੀ ਲਈ ਪੋਲਿਸੀ ਲਿਆਂਦੀਆਂ, ਨੌਜਵਾਨਾਂ ਲਈ ਪੋਲਿਸੀਜ਼ ਲਿਆਂਦੀਆਂ, ਉਹਨਾਂ ਨੂੰ ਵੀ ਐਤਕੀ ਹਾਰ ਦਾ ਮੁੱਖ ਦੇਖਣਾ ਪਿਆ। ਕਿੱਥੇ ਕਮੀ ਰਹਿ ਗਈ ਸੀ? ਜਿਹੜੇ ਅਗਲੀ ਪੀੜ੍ਹੀ ਲਈ ਸੰਘਰਸ਼ ਕਰ ਰਿਹਾ, ਅਗਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਸੰਘਰਸ਼ ਕਰ ਰਿਹਾ, ਉਹ ਵੀ ਉਮੀਦਵਾਰ ਕਿਰਦਾਰ ਇਹੋ ਜਿਹੇ ਚੰਗੇ ਕਿਰਦਾਰ ਹਾਰ ਰਿਹਾ, ਬੜਾ ਵੱਡਾ ਕੁਸ਼ਚਨ ਮਾਰਕ ਹੈ ਸਾਡੇ ਲੋਕਾਂ ਦਾ। ਮੈਂ ਵੀ ਆਪਣੇ ਆਪ ਨੂੰ ਵਿੱਚ ਪਾ ਰਿਹਾ, ਆਪਾਂ ਕਿਉਂ ਇੰਨਾ ਜਿਹੜੀ ਮੈਂ ਅੱਜ ਬੇਈਮਾਨ ਨਹੀਂ ਕਹੂੰਗਾ, ਕਿਉਂਕਿ ਜੇ ਮੈਂ ਜਿੱਤੇ ਹੋਏ ਉਮੀਦਵਾਰਾਂ ਨੂੰ ਬੇਈਮਾਨ ਕਹੂੰਗਾ ਤਾਂ ਉਹਦਾ ਮਤਲਬ ਹੈ ਲੋਕਾਂ ਨੂੰ ਬੇਈਮਾਨ ਕਹੂੰਗਾ, ਕਿਉਂਕਿ ਤੁਸੀਂ ਲੋਕਾਂ ਨੇ ਜਿਤਾਇਆ। ਪਰ ਇੱਕ ਗੱਲ ਤਾਂ ਪੱਕੀ ਆ, ਜਿਹੜੀ ਇਹਨਾਂ ਨੇ ਮੁਹਿੰਮ ਚਲਾਈ ਹੋਈ ਆ ਨਾ ਲੋਕਾਂ ਨੂੰ ਅੰਧੇ ਕਰਕੇ, ਫਿਰ ਚਸ਼ਮੇ ਦਾਨ ਕਰਕੇ ਵੋਟਾਂ ਲੈਂਦੇ ਆ, ਉਹ ਕਾਮਯਾਬ ਫਿਰ ਹੋ ਗਏ। ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਸਾਡੇ ਪੰਜਾਬ ਦਾ ਕਿੰਨਾ ਘਾਣ ਹੋ ਰਿਹਾ, ਕਿਸਾਨਾਂ ਦਾ ਕਿੰਨਾ ਘਾਣ ਹੋ ਰਿਹਾ, ਨੌਜਵਾਨਾਂ ਦਾ ਕਿੰਨਾ ਘਾਣ ਹੋ ਰਿਹਾ, ਮਹਿਲਾਵਾਂ ਸੁਰੱਖਿਅਤ ਹੀ ਨਹੀਂ ਹੈਗੀਆਂ ਸਾਡੇ ਸਮਾਜ ਦੇ ਵਿੱਚ, ਦੇਰ ਇਜ਼ ਨੋ ਲੋਅ ਐਂਡ ਆਰਡਰ। ਫਿਰ ਵੀ ਆਪਾਂ ਉਹਨਾਂ ਆਪਸ਼ਨ ਵੱਲ ਹੀ ਜਾ ਰਿਹਾ ਜਿਨ੍ਹਾਂ ਕਰਕੇ ਪੰਜਾਬ ਦੇ ਇਹ ਹਾਲਾਤ ਬਣੇ। ਇੱਕ ਸਵਾਲ ਮੇਰਾ ਹੋਰ ਆ ਤੁਹਾਨੂੰ ਸਾਰਿਆਂ ਨੂੰ, ਪਿਛਲੇ 17 ਸਾਲਾਂ 'ਚ
17,000 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਆ, ਕੌਣ ਜ਼ਿੰਮੇਦਾਰ ਹੈ? ਅਧਿਆਪਕ ਧਰਨੇ ਲਗਾ ਰਹੇ ਆ, 45,000 ਤੋਂ 15,000 ਤਨਖਾਹਾਂ ਕੀਤੀਆਂ ਜਾ ਰਹੀਆਂ, ਕੌਣ ਜ਼ਿੰਮੇਦਾਰ ਹੈ? ਨਰਸਾਂ 6ਵੀਂ ਮੰਜ਼ਿਲਾਂ ਤੋਂ ਛਲਾਂਗਾ ਮਾਰ ਰਹੀਆਂ, ਆਪਣੇ ਹੱਡ ਪੈਰ ਤੁੜਵਾ ਰਹੀਆਂ, ਕੌਣ ਜ਼ਿੰਮੇਦਾਰ ਹੈ? ਕਿਸਾਨ ਸੜਕ ਜਾਮ ਕਰੀ ਬੈਠਾ, ਉਹਨੂੰ ਫਸਲਾਂ ਦਾ ਮੁੱਲ ਨਹੀਂ ਮਿਲਦਾ ਪਿਆ, ਕੌਣ ਜ਼ਿੰਮੇਦਾਰ ਹੈ? ਮੇਰੇ ਵਰਗਾ ਪੜ੍ਹਿਆ ਲਿਖਿਆ ਨੌਜਵਾਨ ਬੇਰੁਜ਼ਗਾਰ ਤੁਰਦਾ ਪਿਆ, ਜਾਂ ਆਇਲਸ ਦੇ ਪੇਪਰ ਦੇ ਕੇ ਬਾਹਰ ਨੂੰ ਜਾ ਰਿਹਾ, ਨਾਲ ਪੈਸਾ ਵੀ ਲੈ ਕੇ ਭੱਜ ਰਿਹਾ, ਕੌਣ ਜ਼ਿੰਮੇਦਾਰ ਹੈ? ਆਪਾਂ ਇਹਨਾਂ ਮੁੱਦਿਆਂ ਵੱਲ ਦੇਖ ਹੀ ਨਹੀਂ ਰਹੇ, ਕਿੱਧਰ ਗਈ ਸਾਡੀ ਸੋਚ? ਯਾਰ ਆਪਾਂ ਜਿਹੜੀ ਸਾਡੀ ਕੌਮ ਹੈ ਪੰਜਾਬੀ, ਸਾਡੇ ਗੁਰੂਆਂ ਨੇ ਕੀ ਸਿਖਾਇਆ, ਸਾਡੇ ਸ਼ਹੀਦਾਂ ਨੇ ਕੀ ਸਿਖਾਇਆ ਕਿ ਬੇਇਨਸਾਫੀ ਦੇ ਖਿਲਾਫ ਲੜਨਾ, ਜ਼ੁਲਮ ਦੇ ਖਿਲਾਫ ਲੜਨਾ, ਆਪਣੇ ਹੱਕ ਲਈ ਆਵਾਜ਼ ਚੱਕਣੀ, ਇਹ ਸਾਨੂੰ ਸਿਖਾਇਆ। ਬਹੁਤ ਦੁੱਖ ਲੱਗਦਾ ਜਦੋਂ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਦੇਖਦਾ ਡਿਊਰਿੰਗ ਇਲੈਕਸ਼ਨਸ, ਚੋਣਾਂ ਦੇ ਦਿਨਾਂ 'ਚ ਪਕੌੜੇ ਕਰਕੇ ਪੰਜਾਬੀ ਮਤਲਬ ਥੱਲੋਂ ਚੱਕ ਚੱਕ ਕੇ ਖਾ ਰਹੇ ਸੀ, ਕਿੱਥੇ ਕੜਾਈ ਦੇ ਵਿੱਚ ਨਾ ਡਿੱਗ ਜਾਂਦੇ, ਮਤਲਬ ਇੰਨੀ ਭੁੱਖ ਮਰੀ ਸੀ ਸਾਡੇ ਪੰਜਾਬੀਆਂ ਦੇ ਵਿੱਚ। ਯਾਰ ਆਪਾਂ ਕਿੱਧਰ ਨੂੰ ਤੁਰ ਪਏ ਹਾਂ, ਸਾਡਾ ਪੰਜਾਬ ਕਿੱਧਰ ਨੂੰ ਤੁਰ ਪਿਆ? ਯਾਰ ਪੰਜਾਬ ਵੀਰ ਸੁਰਮਿਆਂ ਦੀ ਧਰਤੀ ਆ, ਅੱਜ ਯਾਰ ਆਪਾਂ ਡਰਨ ਲੱਗ ਗਏ ਇਹਨਾਂ ਰਵਾਇਤੀ ਬੰਦਿਆਂ ਤੋਂ, ਸਿਰਫ ਇੰਨੀ ਕੁ ਸੋਚ ਕਰਕੇ ਡਰਨ ਲੱਗ ਗਏ ਕਿ ਯਾਰ ਜੇ ਇਹਨਾਂ ਦੇ ਖਿਲਾਫ ਵੋਟ ਪਾਤੀ ਸਾਡੇ ਕੰਮ ਰੁਕ ਜਾਣਗੇ। ਆਪਾਂ ਸੱਚਾਈ ਕਿਉਂ ਨਹੀਂ ਦੇਖ ਰਹੇ? ਹੁਣ ਜੇ ਨੋਟਬੰਦੀ ਦੀ ਗੱਲ ਕਰੀਏ, 1.5 ਕਰੋੜ ਨੌਕਰੀਆਂ ਖਤਮ ਹੋ ਗਈਆਂ, ਪਰ ਇਹ ਮੀਡੀਆ 'ਚ ਪ੍ਰੋਜੈਕਟ ਨਹੀਂ ਕੀਤਾ ਜਾਊਗਾ। 2% GDP ਡਾਊਨ ਹੋ ਗਿਆ, ਇਹ ਮੀਡੀਆ 'ਚ ਪ੍ਰੋਜੈਕਟ ਨਹੀਂ ਕੀਤਾ ਜਾਊਗਾ, ਪਰ ਇਹਦੀ ਗੱਲ ਹੀ ਨਹੀਂ ਹੋਈ। GST ਕਰਕੇ ਛੋਟੇ ਕਾਰੋਬਾਰ ਬੰਦ ਹੋ ਗਏ, ਇਹਦੀ ਗੱਲ ਹੀ ਨਹੀਂ ਹੋਈ। ਜਦਕਿ ਐਸ ਪਰ ਵਰਲਡ ਪਾਵਰਟੀ ਕਲੋਕ 70.6 ਮਿਲੀਅਨ ਲੋਕ ਹਾਲੇ ਵੀ ਐਕਸਟ੍ਰੀਮ ਪਾਵਰਟੀ ਦੇ ਵਿੱਚ ਰਹਿ ਰਹੇ ਆ। ਜਦੋਂ ਇੱਦਾਂ ਦੇ ਹਾਲਾਤ ਨੇ, 3,000 ਕਰੋੜ ਇੱਕ ਬੁੱਤ 'ਤੇ ਖਰਚਿਆ ਜਾ ਰਿਹਾ, ਜਦਕਿ ਸਰਦਾਰ ਪਟੇਲ ਦੀ ਕੋਟ ਸੀ ਕਿ ਸਾਡੇ ਦੇਸ਼ 'ਚ ਕੋਈ ਗਰੀਬ ਨਹੀਂ ਹੋਣਾ ਚਾਹੀਦਾ, ਪਰ ਆਪਾਂ ਉਹਦੇ ਖਿਲਾਫ ਆਵਾਜ਼ ਹੀ ਨਹੀਂ ਚੱਕ ਰਹੇ, ਫਿਰ ਵੋਟਾਂ ਪਾ ਰਹੇ। ਜੇ ਪੰਜਾਬ ਦੀ ਗੱਲ ਕਰੀਏ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ ਫੜ ਕੇ ਕਸਮ ਖਾਧੀ ਸੀ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦੂੰਗਾ, ਨਸ਼ਾ ਅੱਜ ਵੀ ਸ਼ਰੇਆਮ ਵਿਕ ਰਿਹਾ, ਅੱਜ ਵੀ ਨੌਜਵਾਨ ਨਸ਼ੇ ਕਰਕੇ ਮਾਰ ਰਿਹਾ। ਇਹ ਕਿੱਥੇ ਗਏ ਮੁੱਦੇ? ਵੋਟ ਪਾਉਣ ਵੇਲੇ ਕਹਿੰਦੇ ਮਤਦਾਨ, ਸਾਡੀ ਮਤ ਕਿੱਥੇ ਚੱਲ ਜਾਂਦੀ ਹੈ ਜਦੋਂ ਅਸੀਂ ਮਤ ਦਾ ਦਾਨ ਕਰਨ ਲੱਗਦੇ? ਬਹੁਤ ਵੱਡਾ ਕੁਐਸਚਨ ਮਾਰਕ ਹੈ। ਘਰ ਘਰ ਨੌਕਰੀ ਦੀ ਗੱਲ ਹੋਈ ਸੀ, ਕਿਸੇ ਨੂੰ ਨੌਕਰੀ ਨਹੀਂ ਮਿਲੀ, ਸਿਰਫ ਕੁਛ ਪਰਿਵਾਰਾਂ ਪੋਲੀਟੀਕਲ ਫੈਮਿਲੀਜ਼ ਦੇ ਘਰਾਂ 'ਚ ਜ਼ਰੂਰ ਨੌਕਰੀ ਮਿਲੀ ਆ, ਪਰ ਉਸ ਤੋਂ ਇਲਾਵਾ ਕਿਸੇ ਨੂੰ ਨੌਕਰੀ ਨਹੀਂ ਮਿਲੀ। ਆਪਾਂ ਸਵਾਲ ਹੀ ਨਹੀਂ ਕਰਦੇ। ਇਸ ਵੇਲੇ ਪੰਜਾਬ 'ਤੇ 2.5 ਲੱਖ ਕਰੋੜ ਦਾ ਕਰਜ਼ਾ, ਇਹ ਕਿਉਂ ਹੈ ਕਰਜ਼ਾ ਸਾਡੇ ਪੰਜਾਬ 'ਤੇ? ਅਸੀਂ ਤਾਂ ਸਵੇਰ ਤੋਂ ਲੈ ਕੇ ਰਾਤ ਤੱਕ ਟੈਕਸ ਭਰਦੇ ਰਹਿੰਦੇ ਹਾਂ, ਫਿਰ ਵੀ ਸਾਡੇ ਪੰਜਾਬ 'ਤੇ ਕਰਜ਼ਾ, ਸਾਡੇ ਲੋਕਾਂ 'ਤੇ ਕਰਜ਼ਾ। ਅੱਜ ਕਿਸਾਨ ਆਤਮ ਹੱਤਿਆ ਕਰ ਰਿਹਾ, ਜਿਹੜਾ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ, ਅੱਜ ਉਹਦੇ ਇਹ ਹਾਲਾਤ ਨੇ, ਉਹ ਆਪ ਭੁੱਖਾ ਸੋ ਰਿਹਾ ਅਤੇ ਆਪ ਆਤਮ ਹੱਤਿਆ ਹਲੇ ਪਾਸੇ ਨੂੰ ਜਾ ਰਿਹਾ, ਪਰ ਆਪਾਂ ਇਹ ਲੋਕ ਦੇਖ ਹੀ ਨਹੀਂ ਰਹੇ। ਹੁਣ ਬੜੇ ਓਪੋਜੀਸ਼ਨ ਵਾਲੇ ਲੋਕ ਬੜੇ ਕਹਿਣਗੇ, ਬਾਈ ਜੀ ਕੁਛ ਨਹੀਂ ਹੋਣਾ, ਤੁਸੀਂ ਹਾਰ ਗਏ। ਮੈਂ ਬਾਈ ਜੀ ਇੱਕ ਗੱਲ ਕਹਿਣਾ ਚਾਹੁੰਦਾ, ਅਸੀਂ ਡਿੱਗੇ ਜ਼ਰੂਰ ਹਾਂ ਪਰ ਹਾਰ ਨਹੀਂ ਮੰਨੀ, ਨਿਰਾਸ਼ਾ ਜ਼ਰੂਰ ਆ ਪਰ ਹੌਸਲੇ ਵੀ ਸਾਡੇ ਬੁਲੰਦ ਆ। ਅਸੀਂ ਡਟ ਕੇ ਖੜਾਂਗੇ ਪੰਜਾਬ ਦੇ ਹੱਕ ਲਈ, ਪੰਜਾਬ ਦੇ ਹਿੱਤ ਲਈ, ਪਰ ਉਹਦੇ ਲਈ ਸਾਨੂੰ ਇੱਕ ਜਾਗਰੂਕਤਾ ਦੀ ਲੋੜ ਆ। ਜਦੋਂ ਤੱਕ ਆਪਾਂ ਆਪਣੇ ਆਪ ਨੂੰ ਨਹੀਂ ਬਦਲਾਂਗੇ, ਆਪਣੀ ਸੋਚ ਨੂੰ ਜ਼ਿੰਦਾ ਨਹੀਂ ਕਰਾਂਗੇ, ਆਪਣੀ ਜ਼ਮੀਰ ਨੂੰ ਜ਼ਿੰਦਾ ਨਹੀਂ ਕਰਾਂਗੇ, ਉਦੋਂ ਤੱਕ ਬਦਲਾਵ ਨਹੀਂ ਆਉਣਾ। ਉਹ ਕਹਿੰਦੇ ਆ ਜ਼ਮੀਰ ਦੀ ਖੁਸ਼ਬੂ ਮਹਿਕਦੀ ਰਹਿਣੀ ਚਾਹੀਦੀ ਆ, ਤਿੱਤਲੀਆਂ ਕਾਗਜ਼ ਦੇ ਫੁੱਲ 'ਤੇ ਆ ਕੇ ਨਹੀਂ ਬੈਠਦੀਆਂ।
ਤੇ ਸਾਰਿਆਂ ਨੂੰ ਮੇਰੀ ਬੇਨਤੀ ਆ, ਸਾਰੇ ਪੰਜਾਬੀਆਂ ਨੂੰ, ਯਾਰ ਉੱਠੋ, ਆਪ ਹੀ ਉੱਠਣਾ ਪੈਣਾ, ਤੁਹਾਨੂੰ ਕਿਸੇ ਨੇ ਉਠਾਉਣ ਨਹੀਂ ਆਉਣਾ। ਪਰ ਐਟਲੀਸਟ ਆਪਣੇ ਹੱਕ ਲਈ ਤਾਂ ਆਵਾਜ਼ ਚੱਕ ਸਕਦੇ ਹਾਂ ਆਪਾਂ ਲੋਕ। ਜੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ, ਆਪਾਂ ਉਹਦੇ ਖਿਲਾਫ ਵੀ ਨਹੀਂ ਲੜ ਸਕਦੇ, ਆਪਾਂ ਇੰਨੇ ਬੇਗੈਰਤ ਹੋ ਗਏ। ਇਸ ਕਰਕੇ ਇੱਕ ਨੌਜਵਾਨ ਵੱਲੋਂ ਬੇਨਤੀ ਆ, ਪੀਡੀਏ ਨੂੰ ਕੁੱਲ 14,75,000 ਵੋਟਾਂ ਮਿਲੀਆਂ, ਉਹਨਾਂ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਧੰਨਵਾਦ ਕਿ ਤੁਸੀਂ ਸਾਡਾ ਜੋਸ਼ ਵਧਾਇਆ, ਮਤਲਬ ਤੁਸੀਂ ਸਾਨੂੰ ਹੌਸਲਾ ਦਿੱਤਾ ਕਿ ਡਟ ਕੇ ਮੈਦਾਨ 'ਚ ਖੜੇ ਰਹੋ। ਕਿਉਂਕਿ ਇਹਨਾਂ ਦੋਨੋਂ ਟੱਬਰਾਂ ਨੇ ਮਿਲੀ ਭੁਗਤ ਨਾਲ ਸਾਡਾ ਪੰਜਾਬ ਦਾ ਬੇੜਾ ਗਰਕ ਕਰਤਾ, ਇੱਕ ਕਿਨਾਰੇ 'ਤੇ ਖੜਾ ਕਰਤਾ ਸਾਡਾ ਪੰਜਾਬ। ਜਾਂ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਬਚਾ ਲਈਏ, ਜਾਂ ਤਾਂ ਆਪਣੇ ਅੱਖੀ ਦੇਖੇ ਕਿ ਕਿਵੇਂ ਡੁੱਬ ਰਿਹਾ। ਅੱਜ ਤਾਂ ਤੁਹਾਨੂੰ ਮੇਬੀ ਹਾਸਾ ਮਜ਼ਾਕ ਬਹੁਤ ਜਸ਼ਨ ਮਨਾ ਰਹੇ ਸੀ, ਮੈਂ ਉਹਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ, ਪਰ ਬੇਸਿਕਲੀ ਇਹ ਲੋਕਾਂ ਦੀ ਜਿੱਤ ਹੁੰਦੀ ਆ, ਲੋਕਤੰਤਰ ਦੀ ਜਿੱਤ ਹੁੰਦੀ ਆ। ਪਰ ਜਦੋਂ ਮੈਂ ਕੱਲ੍ਹ ਦੇਖ ਰਿਹਾ ਸੀ, ਜਦੋਂ ਲੋਕ ਸੈਲੀਬ੍ਰੇਟ ਕਰ ਰਹੇ ਸੀ, ਤਾਂ ਉਹਦੇ 'ਚ ਐਂ ਲੱਗ ਰਹੀ ਰਾਜਤੰਤਰ ਜਿੱਤੇ, ਉਹ ਲੋਕ ਹਾਰ ਫੜ ਕੇ ਖੜੇ ਹੋਏ ਨੇ, ਲੱਡੂਆਂ ਦੇ ਡੱਬੇ ਲੈ ਕੇ ਖੜੇ ਹੋਏ ਨੇ, ਅਤੇ ਸਿਕਿਉਰਿਟੀ ਵਾਲੇ ਧੱਕੇ ਮਾਰ ਰਹੇ ਨੇ, ਜਦਕਿ ਜਿਤਾਉਣ ਵਾਲੇ ਤੁਸੀਂ ਹੋ, ਤੁਹਾਨੂੰ ਸਾਈਡ 'ਤੇ ਕੀਤਾ ਜਾ ਰਿਹਾ। ਹੁਣ ਉਹ ਫਿਰ ਦੁਬਾਰਾ ਮਾਈ ਬਾਪ ਵਾਲੀ ਰਵਾਇਤੀ ਸ਼ੁਰੂ ਹੋ ਜਾਣੀ ਆ। ਇਲੈਕਸ਼ਨਾਂ 'ਚ ਤਾਂ ਬਹੁਤ ਹੱਥ ਜੁੜਦੇ ਆ, ਹੁਣ ਤੁਹਾਡੀ ਔਕਾਤ ਪਤਾ ਲੱਗੂਗੀ ਜਦੋਂ ਸਰਕਾਰੀ ਦਫ਼ਤਰਾਂ 'ਚ ਜਦੋਂ ਖੜੋਗੇ, ਜਿਹਨੂੰ ਤੁਸੀਂ ਚੁਣਿਆ ਹੋਊਗਾ, ਜਿਹਨੂੰ ਤੁਸੀਂ ਵੋਟਾਂ ਪਾਈਆ, ਜਦੋਂ ਅੰਦਰ ਜਾ ਕੇ ਚਾਹ ਪੀਊਗਾ ਨਾ, ਉਦੋਂ ਪਤਾ ਲੱਗੂਗਾ ਤੁਹਾਡੀ ਔਕਾਤ। ਜਦੋਂ ਤੱਕ ਆਪਾਂ ਆਪਣੀ ਔਕਾਤ ਨਹੀਂ ਸਮਝਦੇ, ਲੋਕਤੰਤਰ ਨੂੰ ਦੁਬਾਰਾ ਜ਼ਿੰਦਾ ਨਹੀਂ ਕਰਦੇ, ਉਦੋਂ ਤੱਕ ਬਦਲਾਵ ਨਹੀਂ ਆਉਣਾ। ਜਦੋਂ ਵੀ ਸਾਡੇ ਸਿਰ 'ਤੇ ਮੁਸੀਬਤ ਆਉਂਦੀ ਆ, ਆਪਾਂ ਕਿਹਦੇ ਕੋਲ ਜਾਂਦੇ ਹਾਂ? ਆਪਾਂ ਜਾਂਦੇ ਹਾਂ ਖਹਿਰਾ ਸਾਹਿਬ ਕੋਲ, ਆਪਾਂ ਜਾਂਦੇ ਹਾਂ ਬੈਂ ਸਾਹਿਬ ਕੋਲ। ਪਰ ਜਦੋਂ ਵੋਟ ਪਾਉਣ ਵੇਲੇ ਆਉਂਦੇ ਹਾਂ, ਉਦੋਂ ਪਤਾ ਨਹੀਂ ਕਿਹੜਾ ਛੋਟਾ ਜਿਹਾ ਲਾਲਚ ਜਾਗ ਜਾਂਦਾ ਸਾਡੇ ਸਿਰ 'ਤੇ, ਜਿਹਦੇ ਕਰਕੇ ਆਪਾਂ ਇਮਾਨਦਾਰੀ ਨੂੰ ਭੁੱਲ ਜਾਂਦੇ ਹਾਂ, ਸੱਚ ਨੂੰ ਭੁੱਲ ਜਾਂਦੇ ਹਾਂ। ਮੈਂ ਕਿਸੇ ਦੇ ਮਤਲਬ ਖਿਲਾਫ ਨਹੀਂ ਹੈਗਾ ਉਮੀਦਵਾਰ ਦੇ, ਮੈਂ ਅੱਜ ਲੋਕਾਂ ਕਰਕੇ ਵੀਡੀਓ ਪਾ ਰਿਹਾ ਕਿ ਸਾਡੀ ਸੋਚ ਕਿੱਧਰ ਨੂੰ ਜਾ ਰਹੀ। ਕਿਉਂ ਯਾਰ ਅਸੀਂ ਇੱਦਾਂ ਦੇ ਬਣ ਗਏ ਹਾਂ ਕਿ ਸਾਨੂੰ ਕੋਈ ਵੀ ਖਰੀਦ ਸਕਦਾ, ਸਾਨੂੰ ਕੋਈ ਵੀ ਗੁੰਮਰਾਹ ਕਰ ਸਕਦਾ? ਇਹ ਚੀਜ਼ ਸੋਚਣ ਦੀ ਲੋੜ ਹੈ। ਇੰਨਾ ਕੁ ਤਾਂ ਪਤਾ ਲੱਗ ਜਾਂਦਾ ਕਿਹੜਾ ਪੰਜਾਬ ਦੇ ਹਿੱਤ ਲਈ ਗੱਲ ਕਰ ਰਿਹਾ ਅਤੇ ਕਿਹੜਾ ਆਪਣੇ ਹਿੱਤ ਲਈ ਗੱਲ ਕਰ ਰਿਹਾ, ਆਪਾਂ ਇਹ ਵੀ ਡਿਫਰੈਂਸ਼ੀਏਟ ਨਹੀਂ ਕਰ ਪਾ ਰਹੇ। ਬਹੁਤ ਮੰਦਭਾਗਿਆ ਇਸ ਚੀਜ਼ ਨੂੰ ਲੈ ਕੇ, ਅਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਡਟ ਕੇ ਮੈਦਾਨ 'ਚ ਹੈਗੇ ਹਾਂ, ਸ਼ੀਸ਼ਾ ਵੀ ਦਿਖਾਉਂਦੇ ਰਹਾਂਗੇ, ਸਵਾਲ ਵੀ ਪੁੱਛਦੇ ਰਹਾਂਗੇ। ਮੈਂ ਤਾਂ ਹਮੇਸ਼ਾ ਕਹਿੰਦਾ ਜਿੰਨੇ ਵੀ ਵਰਕਰਸ ਨੇ ਰਵਾਇਤੀ ਸਰਕਾਰਾਂ ਦੇ, ਜਾਂ ਜਿਹੜੇ ਮਖੌਲ ਕਰ ਰਹੇ ਹੋਣਗੇ ਜੀ ਤੁਹਾਡੀ ਤਾਂ ਜ਼ਮਾਨਤ ਜ਼ਬਤ ਹੋ ਗਈ, ਤੁਹਾਡਾ ਇਹ ਹੋ ਗਿਆ, ਬਾਈ ਜੀ ਹਾਰ ਨਹੀਂ ਮੰਨੀ, ਅਸੀਂ ਮੁਸ਼ਕਿਲਾਂ ਤੋਂ ਭੱਜਦੇ ਨਹੀਂ, ਅਸੀਂ ਡਰਦੇ ਨਹੀਂ, ਸਾਹਮਣਾ ਕਰਾਂਗੇ। ਹਲੇ ਬਹੁਤ ਲੰਬਾ ਸਮਾਂ ਪਿਆ, ਮਰਦੇ ਦਮ ਤੱਕ ਪੰਜਾਬ ਦੇ ਹਿੱਤ ਲਈ ਲੜਦੇ ਰਵਾਂਗੇ। ਪਰ ਮੇਰਾ ਇੱਕ ਸਵਾਲ ਤੁਹਾਨੂੰ ਵੀ ਹੈਗਾ, ਜੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਉਮੀਦਵਾਰ ਜਿੱਤਿਆ ਇੰਨਾ ਹੀ ਇਮਾਨਦਾਰ ਹੈ, ਇੰਨਾ ਹੀ ਸੱਚਾ, ਆਓ ਆਪਾਂ ਇੱਕ ਜਨਤਕ ਬਹਿਸ ਕਰੀਏ। ਤੁਸੀਂ ਕਹਿੰਦੇ ਹੋ ਨਾ ਲੋਕਤੰਤਰ, ਜਮਹੂਰੀਅਤ, ਆਪਣੇ ਉਮੀਦਵਾਰ ਨੂੰ ਕਹੋ ਆਓ ਇੱਕ ਜਨਤਕ ਬਹਿਸ ਦੇ ਵਿੱਚ, ਮੈਂ ਆਉਂਦਾ ਜਨਤਕ ਬਹਿਸ ਕਰਦੇ ਹਾਂ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ। ਪਰ ਤੁਹਾਡੇ 'ਚ ਇੰਨੀ ਕੁ ਵੀ ਹਿੰਮਤ ਨਹੀਂ ਹੈਗੀ, ਕਿਉਂਕਿ ਤੁਸੀਂ ਗੁਲਾਮ ਹੋ ਮਾਨਸਿਕ ਤੌਰ 'ਤੇ। ਤੁਸੀਂ ਜਿੰਨਾ ਕਰਕੇ ਤੁਸੀਂ ਨਾਰੇ ਲਾਏ ਆ ਨਾ, ਤੁਹਾਡੇ 'ਚ ਇੰਨੀ ਹਿੰਮਤ ਨਹੀਂ ਹੈਗੀ, ਤੁਸੀਂ ਉਹਨੂੰ ਸਵਾਲ ਪੁੱਛ ਲਓ, ਇੰਨੀ ਹਿੰਮਤ ਨਹੀਂ ਹੈਗੀ ਤੁਹਾਡੇ 'ਚ। ਆਪਣੇ ਅੰਦਰ ਦੀ ਜ਼ਮੀਰ ਨੂੰ ਜਗਾਓ, ਜੇ ਪੰਜਾਬ 'ਚ ਬਦਲਾਵ ਲੈ ਕੇ ਆਉਣਾ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਨੌਜਵਾਨ ਪੀੜ੍ਹੀ ਮਾਫ਼ ਨਹੀਂ ਕਰੂਗੀ ਜੋ ਅੱਜ ਨੌਜਵਾਨੀ ਨਾਲ ਹੋ ਰਿਹਾ।
ਨੌਜਵਾਨ ਖਤਮ ਕੀਤਾ ਜਾ ਰਿਹਾ, ਨਸਲਕੁਸ਼ੀ ਹੋ ਰਹੀ ਆ ਪੰਜਾਬ ਦੇ ਵਿੱਚ, ਰੀੜ ਦੀ ਹੱਡੀ ਤੋੜੀ ਜਾ ਰਹੀ ਆ ਪੰਜਾਬ ਦੀ। ਨੌਜਵਾਨ ਰੀੜ ਦੀ ਹੱਡੀ ਹੁੰਦਾ, ਪਰ ਆਪਾਂ ਇਹ ਚੀਜ਼ ਨੂੰ ਆਪਾਂ ਗੰਭੀਰਤਾ ਨਾਲ ਲੈ ਹੀ ਨਹੀਂ ਰਹੇ। ਅਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ, ਜੇ ਤੁਹਾਨੂੰ ਲੱਗਦਾ ਬੀਬੀ ਖਾਲੜਾ ਦੇ ਹਾਰ ਨਾਲ ਖਡੂਰ ਸਾਹਿਬ ਜਿੱਤ ਲਿਆ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਜੇ ਧਰਮਵੀਰ ਗਾਂਧੀ ਜੀ ਦੇ ਹਾਰ ਨਾਲ ਪਟਿਆਲਾ ਜਿੱਤ ਗਿਆ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਜੇ ਖਹਿਰਾ ਸਾਹਿਬ ਦੇ ਹਾਰ ਨਾਲ ਬਠਿੰਡਾ ਜਿੱਤ ਗਿਆ, ਸਾਰੀ ਸਮੱਸਿਆਵਾਂ ਦੇ ਹੱਲ ਹੋ ਗਏ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਜੇ ਬੈ ਸਾਹਿਬ ਦੇ ਹਾਰਨ ਨਾਲ ਭ੍ਰਿਸ਼ਟਾਚਾਰ ਖਤਮ ਹੋ ਗਿਆ, ਲੁਧਿਆਣਾ ਜਿੱਤ ਗਿਆ, ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਪਰ ਐਟਲੀਸਟ ਆਪਣੇ ਹੱਕ ਲਈ ਖੜੋ, ਡਟ ਕੇ ਲੜੋ ਬੇਇਨਸਾਫੀ ਦੇ ਖਿਲਾਫ। ਜੇ ਆਪਣੇ ਆਪ ਨੂੰ ਬਚਾਉਣਾ, ਆਪਣੀ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ, ਆਪਣੀ ਘਰ ਦੀਆਂ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦੇ ਵਿੱਚ ਰੱਖਣਾ, ਪਹਿਲੇ ਆਪਣੇ ਆਪ ਨੂੰ ਜਗਾਓ। ਕਿਸੇ ਨੇ ਜਗਾਉਣ ਨਹੀਂ ਆਉਣਾ ਤੁਹਾਨੂੰ। ਤਾਂ ਮੇਰੀ ਫਿਰ ਸਾਰਿਆਂ ਨੂੰ ਬੇਨਤੀ ਆ, ਜਿੰਨੇ ਵੀ ਉਮੀਦਵਾਰ ਜਿੱਤੇ ਆ ਜਾਂ ਜਿੰਨੇ ਮਤਲਬ ਲੜੇ ਆ, ਸੰਘਰਸ਼ ਕੀਤਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਮੈਂ ਤਾਂ ਕਹਿੰਦਾ ਹੁੰਦਾ, ਸਿਕੰਦਰ ਹਾਲਾਤਾਂ ਅੱਗੇ ਨਹੀਂ ਝੁਕਦਾ, ਸਿਕੰਦਰ ਹਾਲਾਤਾਂ ਅੱਗੇ ਨਹੀਂ ਝੁਕਦਾ, ਟੁੱਟਿਆ ਤਾਰਾ ਜ਼ਮੀਨ ਉੱਪਰ ਨਹੀਂ ਗਿਰਦਾ। ਹਜ਼ਾਰ ਦਰਿਆ ਸਮੁੰਦਰ ਵਿੱਚ ਗਿਰਦੇ ਆ, ਪਰ ਕੋਈ ਵੀ ਸਮੁੰਦਰ ਦਰਿਆ ਵਿੱਚ ਨਹੀਂ ਗਿਰਦਾ। ਅਸੀਂ ਸਮੁੰਦਰ ਹਾਂ, ਅਸੀਂ ਨਾ ਤਾਂ ਝੁਕਾਂਗੇ ਨਾ ਅਸੀਂ ਡਰਾਂਗੇ, ਡਟ ਕੇ ਪੰਜਾਬ ਦੇ ਹੱਕ ਲਈ ਲੜਾਂਗੇ। ਇਹਦੀ ਬੇਨਤੀ ਨੂੰ ਪ੍ਰਵਾਨ ਕਰਿਓ ਅਤੇ ਲੋਕਾਂ 'ਚ ਵੱਧ ਤੋਂ ਵੱਧ ਇਹ ਮੈਸੇਜ ਪਹੁੰਚਾਇਓ ਕਿ ਹੁਣ ਜੋ ਹੋ ਗਿਆ ਸੋ ਹੋ ਗਿਆ। ਆਪਣੇ ਲੀਡਰਾਂ ਨੂੰ ਹੀ ਚੇਤਾਵਨੀ ਦੇਣੀ ਸ਼ੁਰੂ ਕਰ ਦਿਓ, ਜੇ ਕੰਮ ਨਹੀਂ ਕਰੋਗੇ ਪੰਜਾਬ ਦੇ ਹੱਕ ਲਈ, ਪੰਜਾਬ ਦੇ ਹਿੱਤ ਲਈ, ਤਾਂ ਅਸੀਂ ਤੁਹਾਨੂੰ ਵੀ ਘਰ ਬਿਠਾ ਦਾਂਗੇ। ਅਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਕੱਲ੍ਹ ਦੀ ਖਬਰ ਹੈ, ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ SYL ਦੇ ਮੁੱਦੇ 'ਤੇ, ਹਰਿਆਣਾ ਦੇ ਪੱਖ 'ਚ ਆਇਆ ਅਤੇ ਪੰਜਾਬ ਦੇ ਖਿਲਾਫ ਆਇਆ। ਇਹ ਮੁੱਦਾ ਮੈਂ ਤਾਂ ਡਿਸਕਸ ਕਰਨਾ ਚਾਹੁੰਦਾ, ਮੇ ਬੀ ਤੁਹਾਨੂੰ ਕੁਛ ਮੀਡੀਆ 'ਚ ਤੁਹਾਨੂੰ ਨਹੀਂ ਦਿਖਾਇਆ ਜਾਊਗਾ, ਕਿਉਂਕਿ ਇਹ ਪੰਜਾਬ ਦੇ ਖਿਲਾਫ ਹੈ। ਪੰਜਾਬ ਦਾ ਪਾਣੀ ਖਤਰੇ 'ਚ ਆ, ਪੰਜਾਬ ਦਾ ਪਾਣੀ ਬਹੁਤ ਨੀਵੇਂ ਪੱਧਰ 'ਤੇ ਜਾ ਚੁੱਕਾ। ਐਸ ਪਰ ਨਾਸਾ, ਜੇ ਇਸੇ ਰਫ਼ਤਾਰ ਨਾਲ ਅਸੀਂ ਪੰਪਾਂ ਰਾਹੀਂ ਪਾਣੀ ਨੂੰ ਕੱਢਦੇ ਰਹੇ ਤਾਂ ਪੰਜਾਬ ਨੇ 20-25 ਸਾਲਾਂ ਨੂੰ ਬੰਜਰ ਹੋ ਜਾਣਾ। ਜਿਹੜੇ ਲੋਕਾਂ ਨੇ ਆਪਣੇ ਆਪਣੇ ਉਮੀਦਵਾਰ ਜਿਤਾਏ ਆ ਰਵਾਇਤੀ ਪਾਰਟੀਆਂ ਦੇ, ਮੈਂ ਉਹਨਾਂ ਨੂੰ ਹੁਣ ਬੇਨਤੀ ਕਰਾਂਗਾ ਕਿ ਇੰਨਾ ਕਦਮ ਰੱਖ ਦਿਓ ਕਿ ਅਸੀਂ ਆਪਣੇ ਪੰਜਾਬ ਦੇ ਪਾਣੀਆਂ ਨੂੰ ਬਚਾ ਸਕੀਏ ਅਤੇ ਲੀਗਲੀ ਬਚਾਉਣਾ ਐਸ ਪਰ ਰਾਇਪੇਰੀਅਨ ਲਾਅ। ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਹੁਣ ਆਪਣੇ ਜਿੰਨੇ ਵੀ ਤੁਸੀਂ ਆਪਣੇ ਉਮੀਦਵਾਰ ਜਿਤਾਏ ਆ ਰਵਾਇਤੀ ਸਰਕਾਰਾਂ ਦੇ ਵਰਕਰ, ਘੱਟੋ ਘੱਟ ਆਪਣੇ ਪੰਜਾਬ ਦੇ ਪਾਣੀ ਨੂੰ ਬਚਾ ਲਓ, ਜੇ ਕਿਸਾਨੀ ਨੂੰ ਬਚਾਉਣਾ, ਪੰਜਾਬ ਦੇ ਭਵਿੱਖ ਨੂੰ ਬਚਾਉਣਾ। ਅਤੇ ਇੰਨੀ ਕੁ ਮੇਰੀ ਹੱਥ ਜੋੜ ਕੇ ਬਹੁਤ ਨਿਮਰਤਾ ਨਾਲ ਬੇਨਤੀ ਆ ਕਿ ਆਓ ਸਾਰੇ ਇਕੱਠੇ ਹੋਈਏ, ਪੰਜਾਬ ਨੂੰ ਬਚਾਈਏ, ਨੌਜਵਾਨੀ ਨੂੰ ਬਚਾਈਏ, ਕਿਸਾਨੀ ਨੂੰ ਬਚਾਈਏ, ਅਤੇ ਆਪਣੇ ਜਿਹੜੇ ਕਾਰੋਬਾਰ ਢਹਿ ਢੇਰੀ ਹੋ ਰਿਹਾ, ਸਾਡੇ ਜਿੰਨੇ ਸਕੂਲਸ ਨੇ, ਡਿਸਪੈਂਸਰੀ ਨੇ, ਸਾਰੇ ਬੰਦ ਹੋਣ ਦੇ ਹਾਲਾਤ ਨੇ, ਉਹਨਾਂ ਲਈ ਆਪਾਂ ਕੁਛ ਕੰਮ ਕਰ ਸਕੀਏ, ਅਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇੰਨੀ ਕੁ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।